ਸੱਸੂ ਚੋਂ ਸੱਸੂ ਵੀ ਲਾਉਣਾ ਪਰ ਕਾਫੀ ਕੰਮ ਤਾਂ ਔਖਾ ਹੀ ਹੈਗਾ, ਮਿਹਨਤ ਪੂਰੀ ਕਰਨੀ ਪੈਂਦੀ ਹੈ, ਰੋਜ਼ ਦੇ ਰੋਜ਼ ਕੰਮ ਕਰਨਾ ਪੈਂਦਾ ਆਪਣਾ, ਪੂਰੀ ਮਿਹਨਤ ਨਾਲ ਆਪਣਾ ਕੰਮ ਕਰੋਗੇ ਤਾਂ ਹੀ ਇੰਨੇ ਨੰਬਰ ਆਉਂਦੇ ਨੇ, ਖੁਸ਼ੀ ਬੜੀ ਹੁੰਦੀ ਹੈ ਜਦੋਂ ਇਹ ਨੰਬਰ ਆਉਂਦੇ ਨੇ, ਖੁਸ਼ੀ ਬੜੀ ਹੁੰਦੀ ਹੈ, ਪਰ ਉਹਦੇ ਵਾਸਤੇ ਫਿਰ 2.5 ਸਾਲ ਪੂਰਾ ਪਿਸਣਾ ਪੈਂਦਾ ਹੈ। ਸੱਸੂ ਵੀ ਲਾਉਣਾ ਹਰ ਇੱਕ ਦਾ ਸਪਨਾ ਹੁੰਦਾ ਹੈ, ਇਹਨੂੰ ਮਤਲਬ ਕਾਬਿਲ ਕਰਨਾ ਸੌਖਾ ਕੰਮ ਨਹੀਂ ਹੈਗਾ, ਪਰ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਇਸ ਕਾਬਿਲ ਬਣ ਪਾਵਾਂਗੇ ਕਿ 720 ਆ ਜਾਣ, ਪਰ ਹੁਣ ਜਦੋਂ ਆਉਂਦੇ ਨੇ ਉਹ ਨੰਬਰ ਤਾਂ ਖੁਸ਼ੀ ਬਹੁਤ ਜ਼ਿਆਦਾ ਬਸ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਆਓ ਗੱਲਾਂ ਕਰੀਏ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਦੇਸ਼ ਭਰ ਦੇ ਵਿੱਚ ਉਸ ਨੌਜਵਾਨ ਨੇ ਜਿਹੜਾ ਨਾਮ ਕਮਾਇਆ, ਬੇਸ਼ੱਕ ਪਟਿਆਲਾ ਸ਼ਾਹੀ ਸ਼ਹਿਰ ਦੇ ਵਿੱਚ ਮੌਜੂਦ ਹੈ, ਕਿਉਂਕਿ ਜੇਕਰ ਸ਼ਾਹੀ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦਾ ਇੱਕ ਵਿਲੱਖਣ ਇਤਿਹਾਸ ਹੈ। ਉਸ ਪਟਿਆਲਾ ਸ਼ਹਿਰ ਦਾ ਵਸਨੀਕ ਉਹ ਨੌਜਵਾਨ ਜਿਹਨੇ ਨੀਟ ਦੀ ਪ੍ਰੀਖਿਆ ਦੇ ਵਿੱਚੋਂ 720 ਦੇ ਵਿੱਚੋਂ 720 ਅੰਕ ਲੈ ਕੇ ਜਿਹੜਾ ਪੂਰੇ ਪਰਿਵਾਰ ਦਾ ਅਤੇ ਆਪਣੇ ਟੀਚਰ ਦਾ ਅਤੇ ਆਪਣੇ ਮਾਂ ਪਿਓ ਦਾ ਜਿਹੜਾ ਨਾਮ ਆ ਉਹ ਰੋਸ਼ਨ ਕੀਤਾ। ਅੱਜ ਅਸੀਂ ਉਸ ਸ਼ਖਸ ਦੇ ਨਾਲ ਗੱਲਬਾਤ ਕਰਾਂਗੇ। ਬੇਸ਼ੱਕ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਵੀ ਪੇਸ਼ੇ ਵਜੋਂ ਜਿਹੜਾ ਡਾਕਟਰ ਹੈ, ਇਹ ਸਾਰੀ ਜਿਹੜੀ ਕਹਾਣੀ ਹੈ ਉਹ ਵੀ ਅਸੀਂ ਤੁਹਾਨੂੰ ਜਿਹੜਾ ਉਜਾਗਰ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਠੀਕ ਹੋ ਜੀ? ਹਾਂਜੀ। ਕਿੰਨੀ ਕੁ ਮਿਹਨਤ ਕੀਤੀ ਹੈ? ਕਹਿੰਦਾ 720 ਦੇ ਵਿੱਚੋਂ 720 ਅੰਕ ਲਏ ਨੇ, ਕੀ ਇੰਨੀ ਮਿਹਨਤ ਕਰਕੇ 720 ਦੇ ਵਿੱਚੋਂ 720 ਅੰਕ ਆਉਣੇ ਕਿੰਨਾ ਕੁ ਜਿਹੜਾ ਟਫ ਸੀ? ਸੱਸੂ ਵਿੱਚੋਂ ਸੱਸੂ ਵੀ ਲਾਉਣਾ ਪਰ ਕਾਫੀ ਕੰਮ ਤਾਂ ਔਖਾ ਹੀ ਹੈਗਾ, ਮਿਹਨਤ ਪੂਰੀ ਕਰਨੀ ਪੈਂਦੀ ਹੈ, ਰੋਜ਼ ਦੇ ਰੋਜ਼ ਕੰਮ ਕਰਨਾ ਪੈਂਦਾ ਆਪਣਾ, ਤੇ ਪੂਰੀ ਪੂਰੀ ਮਿਹਨਤ ਨਾਲ ਆਪਣਾ ਕੰਮ ਕਰੋਗੇ ਤਾਂ ਹੀ ਇੰਨੇ ਨੰਬਰ ਆਉਂਦੇ ਨੇ, ਖੁਸ਼ੀ ਬੜੀ ਹੁੰਦੀ ਹੈ ਜਦੋਂ ਨੰਬਰ ਆਉਂਦੇ ਨੇ, ਖੁਸ਼ੀ ਬੜੀ ਹੁੰਦੀ ਹੈ, ਪਰ ਉਹਦੇ ਵਾਸਤੇ ਫਿਰ 2.5 ਸਾਲ ਪੂਰਾ ਪਿਸਣਾ ਪੈਂਦਾ ਹੈ। ਉਹ 2.5 ਸਾਲ ਕਿਵੇਂ ਪੀਸੇ ਫਿਰ ਤੁਸੀਂ? ਉਹ ਕੀ ਕੀਤਾ 2.5 ਸਾਲ ਦੇ ਵਿੱਚ? 2.5 ਸਾਲ ਭਾਅ ਜੀ ਪੜ੍ਹੇ ਬਹੁਤ ਜ਼ਿਆਦਾ ਨੇ, ਜੋ ਕੁਝ ਕਰਾਇਆ, ਰੋਜ਼ ਦੀ ਰੋਜ਼ ਪੜ੍ਹਨਾ, ਆਪਣਾ ਕੰਮ ਖਤਮ ਕਰਨਾ, ਟੀਚਰਾਂ ਤੋਂ ਡਾਊਟ ਲੈਣੇ, ਆਈਕੁਐਸ ਤੋਂ ਆ ਕੇ ਰੋਜ਼ ਦੀ ਰੋਜ਼ ਪੜ੍ਹਨਾ, ਆਈਕੁਐਸ ਦੇ ਸਾਰੇ ਦੇ ਸਾਰੇ ਮਟੀਰੀਅਲ ਸੋਲਵ ਕਰਨਾ, ਢੇਰ ਸਾਰੇ ਸਵਾਲ ਕਰਨਾ, ਏਦਾਂ ਰੋਜ਼ ਦਾ ਆਪਣੇ ਸ਼ਡਿਊਲ ਬਣਾ ਕੇ ਰੱਖਣਾ। ਅੱਛਾ, ਮੇਰੇ ਇੱਕ ਦੱਸੋ ਕੀ ਨਾਮ ਹੈ? ਆਪਾਂ ਬਿਲਕੁਲ ਨਾ ਲਾਈਟਲੀ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਤੁਹਾਨੂੰ ਦੇਖ ਕੇ ਨਾ ਸ਼ਾਇਦ ਮੈਨੂੰ ਲੱਗਦਾ ਵੀ ਜਿਹੜੇ ਹੋਰ ਬੱਚੇ ਨੇ ਨਾ ਉਹ ਵੀ ਸ਼ਾਇਦ ਸੋਚ ਰਹੇ ਆ ਬੱਚੇ ਨੇ 720 ਅੰਕ ਲਏ ਨੇ, ਅਸੀਂ ਵੀ ਮਿਹਨਤ ਕਰਾਂਗੇ। ਮੈਨੂੰ ਦੱਸੋ ਤੁਹਾਡੀ ਸਵੇਰ ਦੀ ਜਿਹੜੀ ਰੂਟੀਨ ਹੁੰਦੀ ਸੀ ਉਹ ਕਿਵੇਂ ਸ਼ੁਰੂ ਕਿਵੇਂ ਹੁੰਦੀ ਸੀ ਸਵੇਰ ਦੀ ਰੂਟੀਨ? ਉਹ ਬਈ ਸਵੇਰੇ ਉੱਠ ਕੇ ਤਿਆਰ ਹੋਣਾ। ਕਿੰਨੇ ਵਜੇ ਉੱਠਦੇ ਸੀ ਸਭ ਤੋਂ ਪਹਿਲਾਂ? ਮੇਰਾ ਭਾਜੀ ਉੱਠਣ ਦਾ ਟਾਈਮ ਸੀ, ਮੈਂ ਸਵੇਰੇ 8 ਵਜੇ ਉੱਠਦਾ ਸੀ, ਤੇ ਉੱਠ ਕੇ ਮਾਂ ਪਿਓ ਨਾਲ ਪਹਿਲਾਂ ਗੱਲ ਕਰਨੀ, ਕਿਉਂਕਿ ਥੋੜਾ ਜਿਹਾ ਮੂਡ ਥੋੜਾ ਜਿਹਾ ਪਲਾਨ ਕਰਨਾ ਕਿ ਦਿਨ ਚ ਕਰਨਾ ਕੀ ਹੈ, ਉਹਨਾਂ ਨਾਲ ਗੱਲਬਾਤ ਕਰਕੇ ਥੋੜਾ ਜਿਹਾ ਚੰਗਾ ਲੱਗਦਾ ਇੱਕ ਦਿਨ ਨੂੰ, ਚੰਗੀ ਸ਼ੁਰੂਆਤ ਮਿਲਦੀ ਹੈ। ਫਿਰ 9 ਵਜੇ ਤੱਕ ਤਿਆਰ ਹੋਣਾ, ਤੇ ਉਸ ਤੋਂ 9 ਵਜੇ ਤੋਂ ਲੈ ਕੇ 1 ਵਜੇ ਤੱਕ ਮੈਂ ਆਪਣਾ ਪੜ੍ਹਦਾ ਸੀ, 1:30 ਵਜੇ ਤੱਕ ਪੜ੍ਹਦਾ ਸੀ। ਉਸ ਤੋਂ ਲੰਚ ਕਰਕੇ 2 ਵਜੇ ਸਾਡੀ ਕਲਾਸਾਂ ਹੁੰਦੀਆਂ ਸੀ ਆਈਕੁਐਸ ਦੀਆਂ, 2 ਤੋਂ 8 ਸਾਡੀਆਂ ਕਲਾਸਾਂ ਹੁੰਦੀਆਂ ਸੀ ਆਈਕੁਐਸ ਚ ਰਹਿੰਦੇ ਸੀ, ਆਈਕੁਐਸ ਦੋਸਤਾਂ ਨਾਲ ਵੀ ਮਿਲਦੇ ਸੀ, ਕੰਮ ਕੁੰਮ ਕਰਦੇ ਸੀ, ਆਪਣਾ ਸਮਝਦੇ ਸੀ ਸਾਰਾ ਦਾ ਸਾਰਾ। 8 ਵਜੇ ਘਰੇ ਜਾ ਕੇ ਪਹਿਲਾਂ ਖਾਣਾ ਖਾਣਾ, ਫਿਰ ਤੋਂ ਥੋੜਾ ਜਿਹਾ ਟਾਈਮ ਮਾਤਾ ਪਿਤਾ ਨਾਲ ਮਤਲਬ ਲਾਉਣਾ, ਤੇ ਫਿਰ ਰਾਤੀ ਫਿਰ ਤੋਂ 3 ਤੋਂ 4 ਘੰਟੇ ਪੜ੍ਹਨਾ, ਆਪਣਾ ਕੰਮ ਖਤਮ ਕਰਕੇ 2 ਵਜੇ ਸੌਂਦਾ ਸੀ ਮੈਂ। ਦਿਨ ਦੇ 6 ਘੰਟੇ ਦੀ ਨੀਂਦ ਬਹੁਤ ਹੈ। 6 ਘੰਟੇ ਨੀਂਦ ਲੈ ਕੇ ਗੁਰਮਨ ਜਿਹੜਾ ਗਰ ਗਿਆ ਉਹ ਅੱਜ ਪੂਰੇ ਜਿਹੜਾ ਦੇਸ਼ ਦੇ ਵਿੱਚ ਰੋਸ਼ਨ ਹੋ ਗਿਆ। ਕੀ ਲੱਗਦਾ ਹੈ, ਕਾਹਨੂੰ ਲੱਗਦਾ ਵੀ ਸੀ ਕਿ ਮੈਂ ਜਿਹੜਾ ਇੰਨਾ ਜਿਹੜਾ ਸਕਸੈਸਫੁਲ ਹੋ ਜੂੰਗਾ, ਜਿਹੜੀ ਮੈਂ ਇੰਨੀ ਪੜ੍ਹਾਈ ਕੀਤੀ ਹੈ ਕਿ ਆਖਿਰਕਾਰ ਮੈਨੂੰ ਜਿਹੜੇ ਇੱਥੇ ਤੱਕ ਲੈ ਜੂਗੀ, ਕੀ ਦਿਮਾਗ ਦੇ ਵਿੱਚ ਹੈ ਸੀ ਇਹ ਕੁਛ? 720 ਲਾਉਣਾ ਹਰ ਇੱਕ ਦਾ ਸਪਨਾ ਹੁੰਦਾ ਹੈ, ਇਹਨੂੰ ਮਤਲਬ ਕਾਬਿਲ ਕਰਨਾ ਸੌਖਾ ਕੰਮ ਨਹੀਂ ਹੈਗਾ, ਤੇ ਕਦੇ ਵੀ ਸੋਚਿਆ ਨਹੀਂ ਸੀ ਕਿ ਇਸ ਕਾਬਿਲ ਮੈਂ ਬਣ ਪਾਵਾਂਗਾ। ਤਿਆਰੀ ਪੂਰੀ ਕੀਤੀ ਸੀ ਜਿਵੇਂ ਟੀਚਰਾਂ ਨੇ ਕਿਹਾ, ਜੋ ਕਿਹਾ ਸਾਰਾ ਕੁਝ ਕੀਤਾ, ਪਰ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਇਸ ਕਾਬਿਲ ਬਣ ਪਾਵਾਂਗੇ ਕਿ 720 ਆ ਜਾਣ, ਪਰ ਹੁਣ ਜਦੋਂ ਆਉਂਦੇ ਨੇ ਉਹ ਨੰਬਰ ਤਾਂ ਖੁਸ਼ੀ ਬਹੁਤ ਜ਼ਿਆਦਾ ਬਸ। ਸਵਾਭਾਵਿਕ ਕਿਵੇਂ ਬਣਿਆ ਵੀ ਹਾਂ
ਮੈਂ ਨੀਟ ਦਾ ਟੈਸਟ ਦੇਣਾ, ਕਿਉਂਕਿ ਅਕਸਰ ਜਦੋਂ ਨੌਜਵਾਨ ਹੁੰਦਾ ਨਾ ਜਦੋਂ 12ਵੀਂ ਕਰ ਲੈਂਦਾ, 12ਵੀਂ ਤੋਂ ਬਾਅਦ ਤੁਸੀਂ ਨੀਟ ਦਾ ਟੈਸਟ ਦਿੱਤਾ ਕਿ ਪਹਿਲਾਂ ਦਿੱਤਾ ਸੀ? 12ਵੀਂ ਦੇ ਪੇਪਰ ਦੇਣ ਤੋਂ ਬਾਅਦ ਨੀਟ ਦਾ ਟੈਸਟ ਦਿੱਤਾ। ਤੁਹਾਡੇ ਪਰਿਵਾਰ ਨੇ ਕਿਹਾ ਸੀ ਵੀ ਹਾਂ ਨੀਟ ਦਾ ਟੈਸਟ ਦਿੱਤਾ ਜਾਵੇ, ਤਿਆਰੀ ਕੀਤੀ ਜਾਵੇ ਇਹਦੀ? ਨਹੀਂ, ਮੇਰੇ ਪਰਿਵਾਰ ਨੇ ਇੱਦਾਂ ਹੀ ਮੈਨੂੰ ਫੋਰਸ ਨਹੀਂ ਕੀਤਾ ਸੀ, ਉਹਨਾਂ ਨੇ ਮੈਨੂੰ ਕਿਹਾ ਜੋ ਸੀ ਕਿ ਨੀਟ ਵੀ ਦੇ ਸਕਦੇ ਹੋ, ਇੰਜੀਨੀਅਰਿੰਗ ਵੀ ਸਕਦੇ ਹੋ, ਜੋ ਤੁਹਾਡਾ ਮਨ ਹੈ ਉਹ ਕਰੋ। ਮੈਨੂੰ ਸ਼ੁਰੂ ਤੋਂ ਹੀ ਡਾਕਟਰੀ ਵਿੱਚ ਕਾਫੀ ਜ਼ਿਆਦਾ ਦਿਲਚਸਪੀ ਸੀ, ਕਿਉਂਕਿ ਪਰਿਵਾਰ ਵਿੱਚ ਕਾਫੀ ਡਾਕਟਰ ਹੈਗੇ ਨੇ, ਸਾਰਿਆਂ ਨੂੰ ਵੇਖਿਆ, ਸਾਰਿਆਂ ਦਾ ਰਹਿਣ ਸਹਿਣ ਵੇਖਿਆ, ਵੇਖਿਆ ਕਿ ਕਿੱਦਾਂ ਉਹ ਲੋਕਾਂ ਦੀ ਮਦਦ ਕਰਦੇ ਨੇ। ਸ਼ੁਰੂ ਤੋਂ ਇੰਟਰਸਟ ਸੀ ਕਿ ਡਾਕਟਰੀ ਕਰਨੀ ਹੈ। ਅੱਛਾ, ਤੁਹਾਨੂੰ ਲੱਗਿਆ ਜਿਵੇਂ ਸਾਰਾ ਪਰਿਵਾਰ ਡਾਕਟਰ ਹੈ ਤੇ ਮੈਂ ਵੀ ਸ਼ਾਇਦ ਡਾਕਟਰ ਬਣਾ ਨਾ, ਤਾਂ ਉਹ ਸੁਪਨਾ ਜਿਹੜਾ ਹੁਣ ਪੂਰਾ ਹੁੰਦਾ ਜਾ ਰਿਹਾ ਲੱਗਦਾ ਨਾ? ਬਿਲਕੁਲ, ਬਹੁਤ ਚੰਗਾ ਲੱਗ ਰਿਹਾ ਕਿ ਸੁਪਨਾ ਪੂਰਾ ਹੋ ਰਿਹਾ ਜਿਵੇਂ ਚਾਹਿਆ ਸੀ। ਅੱਛਾ, ਤੇ ਕਿੰਨੇ ਕੁ ਜਿਹੜਾ ਬੱਚੇ ਜਦੋਂ ਟੈਸਟ ਦੇਣ ਗਏ ਸੀ ਤਾਂ ਪੇਪਰ ਦੇਣ ਗਏ ਸੀ, ਕਿੰਨੇ ਕੁ ਬੱਚੇ ਸੀ, ਤੁਹਾਡੇ ਦੋਸਤ ਯਾਰ ਵੀ ਨਾਲ ਹੋਣਗੇ, ਤਾਂ ਕਿੰਨਾ ਕੁ ਜਿਹੜਾ ਸਬੱਬ ਕਿਵੇਂ ਬਣਿਆ ਤੁਹਾਨੂੰ ਲੱਗਦਾ ਸੀ? ਉਹ ਫਿਰ ਤੁਸੀਂ ਜਿਹੜਾ ਹਾਸੇ ਮਜ਼ਾਕ ਕਰਦੇ ਸੀ ਯਾਰ ਤੂੰ ਫਸਟ ਆ ਜਾਏਗਾ ਜਾਂ ਮੈਂ ਫਸਟ ਆਊਂਗਾ ਜਾਂ ਮੇਰੇ ਨੰਬਰ ਵੱਧ ਆਉਣਗੇ, ਉਹ ਗੱਲਾਂ ਬਾਤਾਂ ਹੁੰਦੀਆਂ ਸੀ ਤੁਹਾਡੀਆਂ ਕਿ ਨਹੀਂ? ਬਿਲਕੁਲ ਹੁੰਦੀਆਂ ਸੀ, ਜਦੋਂ ਦੋਸਤ ਮਿੱਤਰ ਹੈਗੇ ਨੇ ਸਾਰੇ ਉਹੀ ਚੀਜ਼ ਦੀ ਤਿਆਰੀ ਕਰ ਰਹੇ ਨੇ ਤਾਂ ਇਹ ਗੱਲ ਆਪਸ ਵਿੱਚ ਹੁੰਦੀ ਹੈਗੀ ਹੈ, ਮਜ਼ਾਕ ਵਿੱਚ ਵੀ ਹੁੰਦੀ ਸੀ, ਕਦੇ ਕਦੇ ਸੀਰੀਅਸ ਗੱਲਾਂ ਵੀ ਹੁੰਦੀਆਂ ਸੀਗੀਆਂ ਆਪਸ ਵਿੱਚ, ਤੇ ਸਾਡਾ ਆਪਸ ਵਿੱਚ ਹਮੇਸ਼ਾ ਕੰਪੀਟੀਸ਼ਨ ਜਿਹਾ ਰਹਿੰਦਾ ਸੀ ਕਿ ਕੌਣ ਵਧੀਆ ਕਰੂ ਕੌਣ ਨਹੀਂ, ਪਰ ਸਾਡਾ ਇਹ ਵੀ ਇੱਕ ਨਿਯਮ ਸੀ ਕਿ ਕਦੇ ਵੀ ਲੜਾਈ ਨਹੀਂ ਕਰਨੀ ਇਸ ਪਿੱਛੇ ਕਿ ਚੰਗਾ ਗਿਆ ਚਾਹੇ ਬੁਰਾ ਗਿਆ, ਹਮੇਸ਼ਾ ਦੂਜੇ ਦੀ ਅਸੀਂ ਮਦਦ ਕਰਦੇ ਸੀ, ਸਾਰੇ ਦੋਸਤ ਮਿੱਤਰ ਆਪਸ ਇਕੱਠੇ ਹੋ ਕੇ ਰਹਿੰਦੇ ਸੀ। ਕਿੰਨੀ ਕੁ ਔਖੀ ਲੱਗੀ ਪੜ੍ਹਾਈ ਨੀਟ ਦੀ? ਪੜ੍ਹਾਈ ਤਾਂ ਔਖੀ ਹੈਗੀ ਭਾਜੀ, 2 ਸਾਲ ਸੌਖਾ ਨਹੀਂ ਹੈਗਾ ਨੀਟ ਦੀ ਪੜ੍ਹਾਈ ਕਰਨਾ, ਬਹੁਤ ਪੜ੍ਹਨਾ ਵੀ ਪੈਂਦਾ, ਬਹੁਤ ਰੱਟੇ ਮਾਰਨੇ ਪੈਂਦੇ ਨੇ, ਬਹੁਤ ਕੁਝ ਸਮਝਣਾ ਵੀ ਪੈਂਦਾ ਇਸ ਐਗਜ਼ਾਮ ਦੇ ਲਈ, ਪਰ ਆਖਿਰ ਵਿੱਚ ਜਦੋਂ ਮਿਹਨਤ ਰੰਗ ਲੈਂਦੀ ਹੈ ਤਾਂ ਚੰਗਾ ਬਹੁਤ ਲੱਗਦਾ। ਅੱਛਾ, ਇਹ ਵੀ ਹੁੰਦਾ ਜਦੋਂ ਕਹਿੰਦਾ ਟੈਸਟ ਕਲੀਅਰ ਕਰ ਜਾਂਦਾ ਨਾ ਤਾਂ ਉਸ ਤੋਂ ਬਾਅਦ ਲਾਈਨ ਚੂਜ਼ ਕਰਨੀ ਪੈਂਦੀ ਹੈ ਵੀ ਮੈਂ ਕਿਹੜਾ ਡਾਕਟਰ ਬਣਨਾ ਹੈ, ਕਿ ਹੁਣ ਅੱਗੇ ਕੀ ਪ੍ਰੋਸੈਸ ਕੀ ਹੈ, ਕਿਹੜਾ ਡਾਕਟਰ ਬਣਨਾ ਸੀ? ਮੈਂ ਨਿਊਕਲੀਅਰ ਮੈਡੀਸਿਨ ਨਾਮਕ ਇੱਕ ਫੀਲਡ ਹੈਗੀ ਹੈ ਉਹਦੇ ਵਿੱਚ ਅੱਗੇ ਡਾਕਟਰ ਬਣਨਾ ਚਾਹੁੰਦਾ ਹਾਂ, ਤੇ ਉਹਦੇ ਵਿੱਚ ਮੇਰੀ ਜ਼ਿਆਦਾ ਰੁਚੀ ਹੈਗੀ ਹੈ ਹੋਰ ਕਿਸੇ ਵੀ ਚੀਜ਼। ਅੱਛਾ, ਠੀਕ ਹੈ, ਤੇ ਇਹਦੇ ਮਨ ਦੇ ਵਿੱਚ ਆਇਆ ਨਹੀਂ ਹਾਂ ਵੀ ਕਿਤੇ ਵਿਦੇਸ਼ ਵੀ ਚਲਾ ਜਾਵਾਂ, ਚੰਗਾ ਕਾਰੋਬਾਰ ਕਰੂੰਗਾ, ਜਹਾਜ਼ ਚੜ ਕੇ ਉਸ ਤੋਂ ਬਾਅਦ ਚੰਗੀ ਐਸ਼ ਕਰੂੰਗਾ, ਇਹ ਮਨ ਦੇ ਵਿੱਚ ਨਹੀਂ ਆਇਆ? ਨਹੀਂ ਭਾਜੀ, ਮੈਨੂੰ ਇੰਨਾ ਵਿਦੇਸ਼ ਦਾ ਨਾ ਚਾਅ ਹੈਗਾ ਨਾ ਉਹਦੇ ਵਿੱਚੋਂ ਕਦੇ ਇੰਨੀ ਹੋ ਰਹੀ ਹੈਗੀ ਕਿ ਖਿੱਚ ਵਿਦੇਸ਼ ਦੇ ਵੱਲੋਂ। ਮੈਨੂੰ ਹਮੇਸ਼ਾ ਲੱਗਦਾ ਕਿ ਜੇ ਆਪਣੇ ਦੇਸ਼ ਵਿੱਚ ਪੜ੍ਹੇ ਹੋ, ਆਪਣਾ ਦੇਸ਼ ਤੁਹਾਨੂੰ ਪੜ੍ਹਾ ਰਿਹਾ, ਇੰਨਾ ਚੰਗਾ, ਇੰਨਾ ਸਨਮਾਨ ਦੇ ਰਿਹਾ, ਇੰਨੀ ਇੱਜ਼ਤ ਦੇ ਰਿਹਾ, ਇੰਨਾ ਮਾਨ ਦੇ ਰਿਹਾ, ਤਾਂ ਉਹਨੂੰ ਛੱਡ ਕੇ ਕਿਸੇ ਮਤਲਬ ਕਿਸੇ ਪਰਾਏ ਦੇਸ਼ 'ਚ ਜਾਣਾ ਕਦੇ ਵੀ ਚੰਗੀ ਗੱਲ ਨਹੀਂ ਹੈਗੀ। ਆਪਣੇ ਦੇਸ਼ ਦੀ ਲਈ ਸੇਵਾ ਕਰੋ, ਜਦੋਂ ਉਹਨੇ ਇੰਨਾ ਕੁਛ ਤੁਹਾਨੂੰ ਦਿੱਤਾ ਤਾਂ ਤੁਸੀਂ, ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉਹਨੂੰ ਵਾਪਸ ਕਰੋ, ਉਹਦਾ ਫਰਜ਼ ਅਦਾ ਕਰੋ। ਤੇ ਹੁਣ ਕੀ ਕਰ, ਅੱਗੇ ਹਸਪਤਾਲ ਖੋਲੋਗੇ ਜਾਂ ਸਰਕਾਰੀ ਡਾਕਟਰ ਲੱਗੋਗੇ, ਕੀ ਹੋਊਗਾ ਪ੍ਰੋਸੈਸ ਤੁਹਾਡਾ ਅੱਗੇ? ਭਾਜੀ, ਹੈਗਾ ਤਾਂ ਇਹੀ ਕਿ ਆਪਣਾ ਹਸਪਤਾਲ ਖੋਲ ਕੇ ਇੱਕ ਨਾਂ ਵੀ ਕਮਾਉਣਾ ਤੇ ਲੋਕਾਂ ਦੀ ਮਦਦ ਵੀ ਕਰਨੀ ਉਸ ਹਸਪਤਾਲ ਨਾਲ। ਅੱਛਾ, ਠੀਕ ਹੈ, ਠੀਕ ਹੈ। ਤੇ ਫਿਰ ਰਿਸ਼ਤੇਦਾਰਾਂ ਦਾ ਫੋਨ ਫੋਨ ਆਇਆ ਕੋਈ? ਹਾਂ, ਕਹਿੰਦੇ ਵੀ ਅੱਜ ਗਰਗ ਜੀ ਨੇ ਨਾਂ ਪੂਰਾ ਰੋਸ਼ਨ ਕਰਤਾ, ਰਿਸ਼ਤੇਦਾਰਾਂ ਦੀ ਕੋਲ ਤਾਂ ਦੀ ਹੋਊਗੀ, ਮਠਾਈਆਂ ਵਾਲਾ ਮੂੰਹ ਮਿੱਠਾ ਵੀ ਹੁੰਦਾ ਹੋਊਗਾ, ਕਿੰਨਾ ਕੁ ਚਿਰ ਫੋਨ ਦੇ ਕੋਲ ਸੁਣਦੇ ਰਹੇ ਤੁਸੀਂ? ਜਦੋਂ ਰਿਜ਼ਲਟ ਆਇਆ ਉਸ ਤੋਂ ਬਾਅਦ ਹਫਤੇ 10 ਦਿਨ ਤਾਂ ਲਗਾਤਾਰ ਕਾਲਾਂ ਬਹੁਤ ਬਹੁਤ ਜ਼ਿਆਦਾ ਕਾਲਾਂ ਆਈਆਂ ਨੇ, ਰੋਜ਼ ਲਗਾਤਾਰ ਦੀ ਮਤਲਬ 50-60-100 ਕਾਲਾਂ ਵੀ ਆਈਆਂ ਨੇ, ਸਿਰਫ ਮੁਬਾਰਕ ਦੇਣ ਲਈ ਰਿਸ਼ਤੇਦਾਰਾਂ ਦੀ, ਦੋਸਤਾਂ ਦੀ, ਜਿਹੜੇ ਜਾਣ ਪਛਾਣ ਦੇ ਸੀਗੇ ਸਾਰਿਆਂ ਦੀ ਕਾਲ, ਸਾਰਿਆਂ ਦੀ ਬਹੁਤ ਮਤਲਬ ਕਾਲਾਂ ਆਈਆਂ ਨੇ ਮੁਬਾਰਕਾਂ ਦੇਣ ਲਈ। ਅੱਛਾ, ਪਰਿਵਾਰ ਦੀ ਕਿਵੇਂ ਗੱਲ ਕੀਤੀ ਹੈ, ਕਿਉਂਕਿ ਪਰਿਵਾਰ ਦੀ ਸਪੋਰਟ ਹੈਗੀ ਸੀ ਪਿੱਛੇ, ਕਿਉਂਕਿ ਤੁਹਾਡੇ ਪਰਿਵਾਰ ਵੀ ਡਾਕਟਰ ਹੈ, ਕਿ ਉਹ ਪਿੱਛੇ ਜਿਹੜਾ ਗਾਈਡ ਕਰ ਰਹੇ ਸੀ, ਕਹਿੰਦੇ ਤੁਹਾਡੇ ਪਰਿਵਾਰ ਨੇ ਵੀ ਜਿਹੜਾ ਨੀਟ ਦਾ ਟੈਸਟ ਦਿੱਤਾ ਸੀ ਤਾਂ ਉਹਨਾਂ ਨੇ ਵੀ ਕੁਝ ਗਾਈਡ ਕੀਤਾ ਹੋਣਾ ਵੀ ਆਹ ਕੁਛ ਕਰ, ਕਿੱਦਾਂ ਦੀ ਸਪੋਰਟ ਰਹੀ ਫਿਰ ਉਹਨਾਂ ਦੀ? ਕਿਉਂਕਿ ਜੀ ਬਿਨਾਂ ਪਰਿਵਾਰ ਦੀ ਸਪੋਰਟ ਤੋਂ ਕੁਝ ਵੀ ਕਰਨਾ ਪੋਸੀਬਲ ਨਹੀਂ ਹੈਗਾ, ਪਰਿਵਾਰ ਦੀ ਸਪੋਰਟ ਇੱਕ ਬੜੀ ਬੜੀ ਜ਼ਰੂਰੀ ਚੀਜ਼ ਹੈ। ਟੀਚਰਾਂ ਤੇ ਜਿਹੜਾ ਮਾਪਿਆਂ ਦਾ ਰੋਲ ਹੈ ਉਹ ਕਦੇ ਵੀ ਕੋਈ ਹੋਰ ਪੂਰਾ ਨਹੀਂ ਕਰ ਸਕਦਾ। ਮੇਰੇ ਪੇਰੈਂਟਸ ਨੇ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਹੈ ਕਿ ਇੱਦਾਂ ਪੜ੍ਹੋ, ਇਹ ਕਰੋ, ਇਹ ਜ਼ਿਆਦਾ ਜ਼ਰੂਰੀ ਹੈ, ਇਸ ਤਰ੍ਹਾਂ ਪੜ੍ਹਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਤਜੁਰਬਾ ਵੀ ਹੈਗਾ, ਉਹਨਾਂ ਨੇ ਦਿੱਤਾ ਵੀ ਹੈਗਾ ਤੇ ਬਹੁਤ ਚੰਗੀ ਤਰ੍ਹਾਂ ਅੱਜ ਉਹ ਕੰਮ ਕਰ ਰਹੇ ਨੇ ਇਸੇ ਕਾਰਨ। ਉਸ ਤੋਂ ਵੀ ਵੱਡੀ ਗੱਲ ਹੈ ਕਿ ਤੁਹਾਡੀ ਮਾਨਸਿਕ ਸਪੋਰਟ ਲਈ ਤੁਹਾਨੂੰ
ਇੱਕ ਖੁਸ਼ ਰੱਖਣ ਲਈ ਤੁਹਾਡੇ ਮਾਪਿਆਂ ਦਾ ਬਹੁਤ ਵੱਡਾ ਰੋਲ ਹੈ, ਤੁਹਾਡੇ ਪੂਰੇ ਪਰਿਵਾਰ ਦਾ ਬਹੁਤ ਚੰਗਾ ਰੋਲ ਹੈ, ਮੇਰੇ ਦਾਦਾ ਦਾਦੀ ਦਾ ਵੀ ਬਹੁਤ ਵੱਡਾ ਰੋਲ ਹੈ, ਇਸ 'ਚ ਮੇਰੇ ਇੰਸਟੀਟਿਊਟ ਦਾ ਬਹੁਤ ਵੱਡਾ ਰੋਲ ਹੈ ਕਿ ਤੁਹਾਨੂੰ ਬਸ ਅਪਲਿਫਟ ਕਰਕੇ ਰੱਖੋ, ਤੁਹਾਨੂੰ ਖੁਸ਼ ਰੱਖੋ ਕਿ ਤੁਸੀਂ ਪੜ੍ਹ ਸਕੋ, ਕਿਉਂਕਿ ਰੋਜ਼ ਪੜ੍ਹਨਾ ਵੀ ਇੰਨਾ ਸੌਖਾ ਕੰਮ ਨਹੀਂ ਹੈਗਾ ਕਿ ਬਸ ਪੜ੍ਹੀ ਜਾਓ ਵੀ ਇੰਨਾ ਸੌਖਾ ਕੰਮ ਨਹੀਂ ਹੈ। ਅੱਛਾ ਮੈਨੂੰ ਦੱਸੋ ਕਿੰਨਾ, ਮੈਂ ਕਹਿੰਦਾ ਜਦੋਂ ਨੀਟ ਦਾ ਪੇਪਰ ਦੀ ਤਿਆਰੀ ਕਰਦਾ ਨਾ, ਕਹਿੰਦਾ ਬੰਦਾ ਸਾਰਾ ਕੁਝ ਤਿਆਗ ਦਿੰਦਾ, ਨਾ ਉਹ ਸੋਸ਼ਲ ਮੀਡੀਆ ਚਲਾਉਂਦਾ, ਨਾ ਉਹ ਫੋਨ ਚਲਾਉਂਦਾ, ਨਾ ਉਹ ਰਿਸ਼ਤੇਦਾਰੀ ਦੇ ਵਿੱਚ ਜਾਂਦਾ, ਨਾ ਕਿਤੇ ਵਿਆਹ ਸ਼ਾਦੀ ਦੇ ਵਿੱਚ ਜਾਂਦਾ, ਕਿ ਇੱਦਾਂ ਵੀ ਹੈ? ਬਾਕੀ ਇਹ ਸਹੀ ਹੈ ਕਿ ਇਹ ਕਿ ਲੋਕ ਝੂਠ ਬੋਲਦੇ ਨੇ? ਮੈਨੂੰ ਲੱਗਦਾ ਕਿ ਜੇ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਤਾਂ ਤੁਸੀਂ ਕਦੇ ਵੀ ਇੰਨਾ ਪੜ੍ਹ ਹੀ ਨਹੀਂ ਸਕਦੇ ਜਿੰਨਾ ਤੁਸੀਂ ਕਹਿ ਰਹੇ ਹੋ। ਅੱਛਾ, ਇਹ ਸਾਰਾ ਕੁਝ ਕਰਨਾ, ਦੋਸਤਾਂ ਮਿੱਤਰਾਂ ਨਾਲ ਗੱਲ ਕਰਨਾ, ਥੋੜਾ ਜਿਹਾ ਫੋਨ ਵੀ ਵਰਤਣਾ, ਵਿਆਹ ਸ਼ਾਦੀਆਂ 'ਚ ਜਾਣਾ, ਪਾਰਟੀਆਂ 'ਚ ਜਾਣਾ, ਇਹ ਸਾਰਾ ਕੁਝ ਬਹੁਤ ਜ਼ਰੂਰੀ ਹੈਗਾ। ਜਾਂਦੇ ਤੁਸੀਂ ਫਿਰ? ਮੈਂ ਬਹੁਤ ਪਾਰਟੀਆਂ 'ਚ ਗਿਆ, ਮੈਂ ਬਹੁਤ ਸ਼ਾਦੀਆਂ 'ਚ ਗਿਆ, ਆਪਣੇ ਰਿਸ਼ਤੇਦਾਰਾਂ ਦੀ ਸਾਰੀ ਸ਼ਾਦੀਆਂ ਅਟੈਂਡ ਕੀਤੀਆਂ, ਮੈਂ ਕੋਈ ਸ਼ਾਦੀ ਮਿਸ ਨਹੀਂ ਕੀਤੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਜੇ ਤੁਸੀਂ ਪੜ੍ਹਦੇ ਰਹੋਗੇ ਤਾਂ ਤੁਸੀਂ ਬਰਨ ਆਊਟ, ਤੁਸੀਂ ਥੱਕ ਜਾਓਗੇ ਪੜ੍ਹ ਪੜ੍ਹ ਕੇ, ਕਿਉਂਕਿ 2.5 ਸਾਲ ਲਗਾਤਾਰ ਪੜ੍ਹਨਾ ਬੜਾ ਔਖਾ ਕੰਮ ਹੈ। ਅੱਛਾ, ਇਸ ਲਈ ਤੁਹਾਨੂੰ ਹੋਣਾ ਪੈਂਦਾ ਫਰੈਸ਼ ਹੋਣ ਲਈ, ਤੁਸੀਂ ਤੁਹਾਨੂੰ ਜਾਣਾ ਪਏਗਾ, ਜ਼ਰੂਰੀ ਹੈਗਾ ਤੁਹਾਡੇ ਲਈ। ਅੱਛਾ ਹਾਂਜੀ, ਤੇ ਖਾਸ ਤੌਰ ਤੇ ਹੁਣ ਆਪਣੇ ਫਰੈਂਡਸ ਨੂੰ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਤੁਹਾਡੇ ਫਰੈਂਡ ਵੀ ਜਿਹੜੇ ਮੈਨੂੰ ਲੱਗਦਾ ਤੁਹਾਡੇ ਨਾਰਾਜ਼ ਹੋਣਗੇ, ਕਹਿੰਦੇ ਵੀ ਛੱਡ ਕੇ ਜਾ ਰਿਹਾ, ਪਰ ਹੁਣ ਤਾਂ ਕੋਈ ਡਾਕਟਰ ਬਣ ਜਾਊਗਾ ਚੰਗਾ, ਤੇ ਚੰਗਾ ਹਸਪਤਾਲ ਖੋਲ ਲੂਗਾ, ਤੇ ਉਸ ਤੋਂ ਬਾਅਦ ਅਸੀਂ ਰਹਿ ਜਾਾਂਗੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਆ ਤੁਸੀਂ ਵੀ ਮਿਹਨਤ ਕਰੋ ਕੋਈ? ਮੈਂ ਦੋਸਤਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੈਂ ਛੱਡ ਕੇ ਨਹੀਂ ਜਾ ਰਿਹਾ, ਜ਼ਰੂਰ ਜ਼ਰੂਰ ਜਾ ਰਿਹਾ, ਕਦੇ ਵੀ ਲੋੜ ਹੋਵੇ ਇੱਕ ਫੋਨ ਕਾਲ ਦੂਰ ਹਾਂ, ਜਦੋਂ ਕਹੋਗੇ ਆ ਜਾਵਾਂਗਾ। ਤੁਸੀਂ ਮਿਹਨਤ ਕਰੋ, ਤੁਸੀਂ ਮੇਰੇ ਵਰਗੇ ਬਹੁਤ ਚੰਗੇ ਕਾਲਜ ਵਿੱਚ ਮੇਰੇ ਨਾਂ ਲਾ ਸਕਦੇ ਹੋ ਤੁਸੀਂ ਸਾਰੇ ਦੇ ਸਾਰੇ, ਕੋਈ ਵੱਡੀ ਗੱਲ ਨਹੀਂ ਹੈਗੀ, ਜੇ ਮੈਂ ਕਰ ਸਕਦਾ ਤੁਸੀਂ ਸਾਰੇ ਵੀ ਕਰ ਸਕਦੇ ਹੋ। ਤੇ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਦਾ ਆਪਣੇ ਸਾਰੇ ਮਿੱਤਰਾਂ ਨੂੰ ਕਿ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਕਿਉਂਕਿ ਕਿੱਥੇ ਕਿਤੇ ਨਾ ਕਿਤੇ ਤੁਹਾਡੀ ਵੀ ਇਹ ਕਿਰਪਾ ਹੈ, ਤੁਹਾਡੀ ਹੈਲਪ ਹੈ ਕਿ ਮੈਂ ਇਸ ਕਾਬਿਲ ਬਣ ਪਾਇਆ ਕਿ ਇਸ ਮੈਂ ਇੱਥੇ ਪਹੁੰਚਿਆ। ਤੇ ਬਿਲਕੁਲ, ਤੁਹਾਨੂੰ ਪਤਾ ਕਿਵੇਂ ਲੱਗਿਆ ਸੀ ਵੀ ਹਾਂ ਤੁਹਾਡੇ ਜਿਹੜੇ ਨੀਟ ਦੀ ਜਿਹੜੀ ਪ੍ਰੀਖਿਆ ਉਹ ਤੁਸੀਂ ਹਾਈਐਸਟ ਆ ਗਏ, ਤੁਹਾਡਾ ਨਾਮ ਰੋਸ਼ਨ ਹੋ ਗਿਆ, ਕਿ ਤੁਹਾਨੂੰ ਇੰਸਟੀਚਿਊਟ ਵੱਲੋਂ ਕਾਲ ਆਈ ਸੀ ਜਾਂ ਤੁਸੀਂ ਨੈਟ ਤੇ ਦੇਖਿਆ ਸੀ? ਮੈਨੂੰ ਇੰਸਟੀਚਿਊਟ ਵੱਲੋਂ ਕਾਲ ਆਈ ਸੀ, ਮੈਨੂੰ ਇੰਨਾ ਨਹੀਂ ਪਤਾ ਲੱਗਿਆ ਸੀ ਆਪੋ ਆਪ, ਮੈਨੂੰ ਲੱਗਿਆ ਸੀ ਬਾਅਦ 'ਚ ਆਊਂਗਾ ਰਿਜ਼ਲਟ। ਮੇਰਾ ਆਈਕੁਐਸਟ ਜਿਹੜਾ ਆਈਕੁਐਸਟ ਇੰਸਟੀਚਿਊਟ ਹੈ ਮੇਰਾ, ਉਹਨਾਂ ਨੇ ਕਾਲ ਕੀਤਾ ਤੇ ਕਹਿੰਦੇ ਕਿ ਰਿਜ਼ਲਟ ਮਤਲਬ ਆਨਸਰ ਕੀ ਆਈ ਹੈ। ਉਹ ਜਦੋਂ ਮੈਂ ਆਨਸਰ ਕੀ ਚੈੱਕ ਕੀਤੀ ਤਾਂ ਬਹੁਤ ਚੰਗੇ ਨੰਬਰ ਬਣੇ। ਆਈਕੁਐਸਟ ਨੇ ਮੈਨੂੰ ਐਕਚੁਅਲੀ ਮੈਨੂੰ ਰਿਜ਼ਲਟ ਪਤਾ ਵੀ ਨਹੀਂ ਲੱਗਿਆ ਕਦੋਂ ਆਇਆ, ਕੁਝ ਵੀ ਨਹੀਂ ਪਤਾ ਲੱਗਿਆ ਮੈਨੂੰ ਰਿਜ਼ਲਟ ਬਾਰੇ, ਆਨਸਰ ਕੀ ਬਾਰੇ, ਸਾਰਾ ਕੁਝ ਆਈਕੁਐਸਟ ਨੇ ਦੱਸਿਆ ਮੈਨੂੰ ਕਿ ਅੱਜ ਆਨਸਰ ਕੀ ਆ ਗਈ, ਅੱਜ ਰਿਜ਼ਲਟ ਆ ਗਿਆ। ਬਾਈ ਚਾਂਸ ਹੋਇਆ ਵੀ ਇੱਦਾਂ ਕਿ ਮੈਂ ਆਪਣੇ ਇੰਸਟੀਟਿਊਟ ਵਿੱਚ ਹੀ ਬੈਠਾ ਸੀ ਜਦੋਂ ਰਿਜ਼ਲਟ ਆ ਗਿਆ, ਸਾਨੂੰ ਕਿਸੇ ਨੇ ਨੂੰ ਪਤਾ ਸੀ ਕਿ ਰਿਜ਼ਲਟ ਆਉਣਾ ਉਸ ਦਿਨ। ਮੈਂ ਆਈਕੁਐਸਟ ਬੈਠਾ ਸੀ, ਆਪਣੇ ਟੀਚਰ ਨਾਲ ਗੱਲਬਾਤ ਕਰ ਰਿਹਾ ਸੀ ਕਿ ਸਰ ਚੰਗਾ ਜਾ ਰਿਹਾ ਹੁਣ ਟਾਈਮ ਨੀਟ ਤੋਂ ਬਾਅਦ, ਤੇ ਉਹਦਾ ਰਿਜ਼ਲਟ ਆਇਆ ਤਾਂ ਮੈਂ ਆਪਣੇ ਟੀਚਰਾਂ ਨਾਲ ਜਿੱਥੇ ਮੈਂ ਪੂਰਾ ਟਾਈਮ ਪੜ੍ਹਿਆ, ਜਿੱਥੋਂ ਮੈਂ ਸਾਰਾ ਕੁਝ ਸਿੱਖਿਆ, ਉਹਨਾਂ ਨਾਲ ਰਿਜ਼ਲਟ ਚੈੱਕ ਕੀਤਾ, ਤੇ ਜਦੋਂ ਰਿਜ਼ਲਟ 'ਚ 1 ਰੈਂਕ ਦੇਖਿਆ ਤੇ ਟੀਚਰ ਨਾਲ ਸੀਗੇ ਜਿਹਨਾਂ ਨੇ ਪੜ੍ਹਾਇਆ, ਤਾਂ ਬਸ ਟੀਚਰ ਵੀ ਬਹੁਤ ਜ਼ਿਆਦਾ ਖੁਸ਼ ਹੋਏ। ਚਲੋ, ਮੇਰਾ ਇੱਕ ਸਵਾਲ ਹੈ, ਕਿਉਂਕਿ ਜੇ ਤੁਸੀਂ ਚੰਗੇ ਡਾਕਟਰ ਬਣ ਜਾਓਗੇ ਕੀ ਲੱਗਦਾ, ਕਿਉਂਕਿ ਪੰਜਾਬ ਦੇ ਵਿੱਚ ਬਿਮਾਰੀਆਂ ਬਹੁਤ ਨੇ, ਕਿਉਂਕਿ ਗਰੀਬ ਦੀ ਗੱਲ ਕੀਤੀ ਜਾਵੇ ਤਾਂ ਉਸ ਲਈ ਖਾਸ ਤੌਰ 'ਤੇ ਕੀ ਕਰਨਾ ਚਾਹੋਗੇ? ਕਿਉਂਕਿ ਜਿਹੜੇ ਗਰੀਬ ਲੋਕ ਡਾਕਟਰਾਂ ਦੇ ਕੋਲ ਜਾਂਦੇ ਆ, ਉਹਨਾਂ ਕੋਲ ਚੰਗਾ ਪੈਸਾ ਨਹੀਂ ਹੁੰਦਾ ਵਿਚਾਰੇ, ਉਹ ਇਲਾਜ ਤੋਂ ਰਹਿ ਜਾਂਦੇ ਨੇ, ਤੁਹਾਡੇ ਵੱਲੋਂ ਅਜਿਹਾ ਕੀ ਹੋਵੇਗਾ? ਕਿਉਂਕਿ ਜਿਹੜਾ ਤੁਹਾਨੂੰ ਹੁਣ ਰੱਬ ਨੇ ਇੱਕ ਚੰਗੀ ਕਲਮ ਵੀ ਦੇਵੇਗਾ ਅਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਇੱਕ ਪੜ੍ਹਾਈ ਵੀ ਦਿੱਤੀ ਹੈ, ਕੀ ਇਹੋ ਜਿਹਾ ਪ੍ਰੋਸੈਸ ਹੋਵੇਗਾ ਜਿਹੜਾ ਤੁਹਾਨੂੰ ਲੋਕ ਯਾਦ ਕਰਨ? ਭਾਅ ਜੀ, ਇਹਦੇ ਵਿੱਚ ਇਹੋ ਜਿਹੀ ਗੱਲ ਹੈ ਕਿ ਜਿਹਦੇ ਕੋਲ ਪੈਸੇ ਨਹੀਂ ਹੈ ਉਹਦਾ ਵੀ ਪੂਰਾ ਹੱਕ ਬਣਦਾ ਕਿ ਉਹ ਇਲਾਜ ਕਰਾਵੇ ਤੇ ਆਪਣੀ ਜ਼ਿੰਦਗੀ ਆਰਾਮ ਨਾਲ ਜੀਏ। ਇਸ ਦੇ ਲਈ ਜਿਹਦੇ ਕੋਲ ਪੈਸੇ ਨਹੀਂ ਹੈ, ਵਾਕਈ ਨਹੀਂ ਹੈਗੇ, ਜੋ ਨਹੀਂ ਦੇ ਸਕਦਾ, ਉਹਦਾ ਇਲਾਜ ਵਿੱਚ ਅਸੀਂ ਘੱਟ ਪੈਸੇ ਤੇ ਘੱਟ ਪੈਸੇ ਵਿੱਚ ਕਰਾਂਗੇ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਆਰਾਮ ਨਾਲ ਜੀ ਸਕੇ। ਇਹਦੇ ਵਿੱਚ ਮੇਰੇ ਹਿਸਾਬ ਨਾਲ ਸਾਰਿਆਂ ਨੂੰ, ਇਨਫੈਕਟ ਜਿਹੜੇ ਜਿਹਨੇ ਡਾਕਟਰ ਨੇ, ਸਾਰਿਆਂ ਨੂੰ ਇਹੀ ਕਰਨਾ ਚਾਹੀਦਾ ਹੈ ਕਿ ਬਿਲਕੁਲ ਜਿਹੜਾ ਜਿੰਨੀ ਉਹ ਹੈਲਪ ਕਰ ਸਕਣ ਆਪਣੀ ਤਰਫ ਤੋਂ, ਉਹਨਾਂ ਨੂੰ ਕਰਨੀ ਚਾਹੀਦੀ। ਠੀਕ ਹੈ ਭਾਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਧੰਨਵਾਦ। ਸੋ ਬਿਲਕੁਲ, ਇਹ ਸਨ ਗੁਣਮੇ ਗਰਗ ਜਿਨ੍ਹਾਂ ਨੇ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਹੜਾ ਨਾਮ ਹੈ ਰੋਸ਼ਨ ਕੀਤਾ। ਸੋ ਅਸੀਂ ਵੀ ਜਿਹੜਾ ਉਮੀਦ ਕਰਦੇ ਹਾਂ ਕਿ ਇਸ ਨੌਜਵਾਨ ਤੋਂ ਜਿਹੜਾ ਕੁਝ ਸਿੱਖਣ ਦੀ ਲੋੜ ਹੈ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਜਿਹੜੀ ਆ ਮੂਵ ਕਰ ਰਹੀ ਹੈ,
ਸੋ ਇਸ ਨੌਜਵਾਨ ਦਾ ਇੱਕ ਜਜ਼ਬਾ ਸੀ ਕਿ ਮੈਂ ਇਸੇ ਜਗ੍ਹਾ ਤੇ ਰਹਿ ਕੇ ਜਿਹੜਾ ਆਪਣਾ ਚੰਗਾ ਨਾਮ ਕਮਾਵਾਂ, ਆਪਣੇ ਪਰਿਵਾਰ ਦਾ ਨਾਮ ਕਮਾਵਾਂ ਤੇ ਆਪਣੇ ਜਿਹੜਾ ਮਾਤਾ ਪਿਤਾ ਦੀ ਨਾਮ ਰੋਸ਼ਨ ਕਰਾਂ, ਟੀਚਰਾਂ ਦਾ ਨਾਮ ਰੋਸ਼ਨ ਕਰਾਂ ਤੇ ਲੋਕਾਂ ਦੀ ਸੇਵਾ ਕਰ ਸਕਾਂ। ਸੋ ਅਸੀਂ ਵੀ ਉਮੀਦ ਕਰਦੇ ਹਾਂ ਵੀ ਤੁਸੀਂ ਜਿਹੜਾ ਇੱਕ ਇਸ ਸਟੋਰੀ ਨੂੰ ਦੇਖ ਕੇ ਕਿ ਬਾਕੀ ਦੇਸ਼ਾਂ ਤੇ ਵਿਦੇਸ਼ਾਂ ਦੇ ਵੱਲ ਮੂਵ ਨਹੀਂ ਕਰੋਗੇ, ਇਸੇ ਤਰ੍ਹਾਂ ਪੜ੍ਹਾਈ ਕਰਕੇ ਜਿਹੜਾ ਲੋਕਾਂ ਦੀ ਸੇਵਾ ਕਰੋਗੇ। ਅਸੀਂ ਗੱਲਬਾਤ ਕਰ ਰਹੇ ਸੀ ਉਸ ਲੜਕੇ ਦੇ ਨਾਲ ਜਿਨ੍ਹਾਂ ਨੇ ਦੇਸ਼ ਭਰ ਦੇ ਵਿੱਚ ਜਿਹੜਾ ਹੈ ਨਾਮ ਰੋਸ਼ਨ ਕੀਤਾ। ਇਸ ਸਮੇਂ ਸਾਡੇ ਵਿੱਚ ਖਾਸ ਤੌਰ ਤੇ ਉਹਨਾਂ ਦੇ ਟੀਚਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕਿਸ ਤਰ੍ਹਾਂ ਇਸ ਬੱਚੇ ਨੂੰ ਜਿਹੜਾ ਹੈ 720 ਦੇ ਵਿੱਚੋਂ 720 ਅੰਕ ਪ੍ਰਾਪਤ ਕੀਤੇ ਨੇ, ਦੇਸ਼ ਭਰ ਦੇ ਵਿੱਚ ਚਰਚਾ ਹੋ ਰਹੀ ਹੈ, ਤੁਹਾਡਾ ਕੀ ਜਿਹੜਾ ਰੋਲ ਰਿਹਾ? ਕਿਉਂਕਿ ਕਹਿੰਦੇ ਆ ਟੀਚਰ ਜਿਹੜਾ ਸਮਝਾਉਂਦਾ ਨਾ ਉਹ ਬੱਚੇ ਦੇ ਮਾਇੰਡ ਦੇ ਵਿੱਚ ਆ ਜਾਂਦਾ ਤਾਂ ਬੱਚਾ ਉਹ ਸਿੱਖ ਕੇ ਦੇਸ਼ ਭਰ ਦੇ ਵਿੱਚ ਚਲਾ ਜਾਂਦਾ। ਤੁਹਾਡਾ ਕੀ ਰੋਲ ਰਿਹਾ ਤੇ ਬੱਚਾ ਕਿਸ ਤਰ੍ਹਾਂ ਦਾ ਸੀ? ਉਹ ਸਭ ਕੋ ਪ੍ਰਣਾਮ, ਸਤਿ ਸ਼੍ਰੀ ਅਕਾਲ ਜੀ। ਜੋ ਇਹ ਤਿਆਰੀ ਹੋਤੀ ਹੈ ਇਸਮੇ ਐਕਚੁਲੀ ਪੜ੍ਹਾਈ ਕੇ ਸਾਥ ਸਾਥ ਬੱਚੇ ਕੇ ਬਹੁਤ ਉਤਾਰ ਚੜਾਵ ਆਤੇ ਹੈ। ਬਿਲਕੁਲ, ਕਈ ਵਾਰ ਉਹ ਉਸਕੇ ਨੰਬਰ ਆਪਣੇ ਯਹਾਂ ਕਟਾਤੇ ਹੈ ਤੋ ਦੁਖੀ ਹੋਤਾ ਹੈ, ਕਈ ਵਾਰ ਜ਼ਿਆਦਾ ਆ ਜਾਤੇ ਹੈ ਤੋ ਜ਼ਿਆਦਾ ਓਵਰ ਕੌਨਫੀਡੈਂਸ ਵੀ ਹੋ ਜਾਤਾ ਹੈ। ਤੋ ਗੁਨਮੇ ਕੇ ਕੇਸ ਮੇ ਵੀ ਐਸਾ ਹੀ ਰਹਾ ਕਿ ਉਸਨੇ ਬੱਚੇ ਨੇ ਖੁਦ ਨੇ ਹੀ ਬਹੁਤ ਜ਼ਬਰਦਸਤ ਤਿਆਰੀ ਕੀ। ਹਮਾਰਾ ਜੋ ਰੋਲ ਗੁਨਮੇ ਕੋ ਪੜ੍ਹਾਨੇ ਮੇ ਰਹਾ, ਸਬਸੇ ਪਹਿਲੇ ਤੋ ਹਮਾਰੀ ਜੋ ਟੀਮ ਨੇ ਉਸਕੋ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਮੇ ਬਹੁਤ ਅੱਛੇ ਪਹਿਲੇ ਕੌਨਸੈਪਟ ਤਿਆਰ ਕਰਵਾਏ। ਸਬਸੇ ਪਹਿਲੇ ਤੋ ਟੀਚਿੰਗ ਹੀ ਹੈ ਜੀ। ਟੀਚਿੰਗ ਮੈਂ ਕਹੂੰਗਾ ਕਿ ਬਹੁਤ ਇੰਸਟੀਟਿਊਟਸ ਅੱਛੀ ਕਰਵਾਤੇ ਹੋਣਗੇ, ਲੇਕਿਨ ਟੀਚਿੰਗ ਕੇ ਇਲਾਵਾ ਜੋ ਇੱਕ ਬਹੁਤ ਇੰਪੋਰਟੈਂਟ ਰੋਲ ਆ ਜਾਤਾ ਹੈ ਉਹ ਆ ਜਾਤਾ ਹੈ ਬੱਚੇ ਕੀ ਮੈਂਟਰਿੰਗ, ਔਰ ਜਬ ਵੋ ਡਾਊਨ ਫੀਲ ਕਰਤਾ ਹੈ ਤਬ ਉਸੇ ਕੈਸੇ ਮੋਟੀਵੇਟ ਰੱਖਣਾ ਹੈ। ਬਿਲਕੁਲ, ਜੈਸੇ ਇਸਕੇ ਪੂਰੀ 2 ਸਾਲ ਕੀ ਜਰਨੀ ਮੇ ਬਹੁਤ ਉਤਾਰ ਚੜਾਵ ਹੈ, ਕਭੀ ਭਾਈ ਕਿਸੀ ਰੀਜ਼ਨ ਸੇ ਪਰੇਸ਼ਾਨ ਹੁਆ ਤੋ ਉਸਮੇ ਵੋ ਤੁਰੰਤ ਉਸਕਾ ਜੋ ਅੱਛਾ ਪਾਰਟ ਥਾ ਕਿ ਵੋ ਹਮਾਰੇ ਪਾਸ ਆ ਜਾਤਾ ਥਾ, ਮਿਲਤਾ ਥਾ ਕਿ ਸਰ ਮੈਂ ਕਿਆ ਕਰੂੰ, ਮਤਲਬ ਉਸਨੇ ਆਪਣੇ ਸਾਰੇ ਡਿਸੀਜਨਸ ਹਮਾਰੇ ਉੱਪਰ ਛੋੜ ਦੇ ਕਿ ਆਪ ਜੈਸੇ ਬੋਲੋਗੇ ਮੈਂ ਉਹ ਕਰੂੰਗਾ। ਹਮ ਉਸਕੋ ਉਸਕੇ ਹਿਸਾਬ ਸੇ ਗਾਈਡ ਕੀਆ, ਉਸਨੇ ਉਸਕੋ ਫੋਲੋ ਕੀਆ ਜੀ, ਔਰ ਆਪਕੇ ਸਾਹਮਣੇ ਨਤੀਜਾ ਹੈ ਕਿ ਪਟਿਆਲਾ ਜੈਸੇ ਛੋਟੇ ਸ਼ਹਿਰ ਕਾ ਨਾਮ ਆਜ ਹਮ ਇੰਡੀਆ ਮੇ ਦੇਖਤੇ ਹੈਂ। ਜੋ ਪਟਿਆਲਾ ਕੇ ਇਤਿਹਾਸ ਮੇ ਯਾ ਪੰਜਾਬ ਕੇ ਇਤਿਹਾਸ ਮੇ ਪਹਿਲੀ ਵਾਰ ਹੋਆ ਹੈ ਕਿ ਕੋਈ ਬੱਚਾ ਨੀਟ ਮੇ 720 ਮੇ ਸੇ 720 ਸਕੋਰ ਲਾ ਕੇ ਆਲ ਇੰਡੀਆ ਰੈਂਕ 1 ਲਾਇਆ ਹੈ। ਬਹੁਤ ਬੱਚੇ ਹੁੰਦੇ ਨੇ ਤੁਹਾਡੇ ਕੋਲ ਵੀ, ਬਹੁਤ ਬੱਚੇ ਹੋਣਗੇ ਜਿਹੜੀ ਪੜ੍ਹਾਈ ਜਿਹੜਾ ਤੁਸੀਂ ਕਰਵਾ ਰਹੇ ਹੋ, ਉਹਨਾਂ ਬੱਚਿਆਂ ਦੇ ਵਿੱਚੋਂ ਕੀ ਅਲੱਗ ਕੀ ਸੀ ਇਸ ਬੱਚੇ ਦੇ ਵਿੱਚ ਜਿਹਨੇ ਇਸ ਤਰ੍ਹਾਂ ਜਿਹੜਾ ਅਚੀਵਮੈਂਟ ਕੀਤੀ ਹੈ? ਕਿਉਂਕਿ ਹੋਰ ਬੱਚੇ ਵੀ ਜਿਹੜਾ ਲਾਈਨ ਦੇ ਵਿੱਚ ਸੀ, ਕੀ ਲੱਗਦਾ ਨਹੀਂ ਸੀ ਕਿ ਤੁਹਾਨੂੰ ਉਹ ਬੱਚੇ ਵੀ ਲਾਈਨ ਦੇ ਵਿੱਚ ਆ ਸਕਦੇ ਸੀ? ਇਹ ਬੱਚੇ ਦੇ ਕੀ ਖਾਸੀਅਤ ਸੀ? ਤੇ ਮੇਰਾ ਅਗਲਾ ਸਵਾਲ ਵੀ ਨਾਲ ਹੈ, ਕਿਉਂਕਿ ਪਰਿਵਾਰ ਦੀ ਗੱਲ ਕੀਤੀ ਜਾਵੇ, ਕਹਿੰਦੇ ਪਰਿਵਾਰ ਵੀ ਜਿਹੜਾ ਪੇਸ਼ੇ ਵਜੋਂ ਡਾਕਟਰ ਹੈ, ਕਿਉਂਕਿ ਇੱਕ ਡਾਕਟਰ ਦਾ ਬੱਚਾ ਜੇ ਡਾਕਟਰ ਦੀ ਲਾਈਨ ਦੇ ਵਿੱਚ ਜਾਂਦਾ ਤਾਂ ਅਕਸਰ ਹੀ ਮਾਂ ਪਿਓ ਕਹਿੰਦੇ ਨੇ ਵੀ ਮੇਰਾ ਬੱਚਾ ਜਿਹੜਾ ਜੇ ਮੈਂ ਡਾਕਟਰ ਹਾਂ ਤਾਂ ਮੇਰਾ ਬੱਚਾ ਵੀ ਡਾਕਟਰ ਬਣੇ, ਕਿ ਇੱਦਾਂ ਵੀ ਹੈ ਕਿ ਉਹਨਾਂ ਨੂੰ ਜਿਹੜਾ ਉੱਥੋਂ ਵੀ ਜਿਹੜਾ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ? ਜੀ ਬਿਲਕੁਲ, ਪਰਿਵਾਰ ਕਾ ਬਹੁਤ ਬੜਾ ਰੋਲ ਹੁੰਦਾ ਹੈ, ਔਰ ਡਾਕਟਰ ਪਰਿਵਾਰ ਵੱਲੋਂ ਕੋ ਪਤਾ ਹੁੰਦਾ ਹੈ ਕਿ ਇਸ ਪ੍ਰਿਪਰੇਸ਼ਨ ਮੇ ਕਿਆ ਕਰਨਾ ਹੈ। ਲੇਕਿਨ ਗੁਨਮੇ ਕੇ ਪਰਿਵਾਰ ਕੀ ਜੋ ਇੱਕ ਸਭ ਸੇ ਅੱਛੀ ਗੱਲ ਮੁਝੇ ਲੱਗੀ, ਉਹ ਇਹ ਲੱਗੀ ਕਿ ਜੈਸੇ ਇਤਨੇ ਅੱਛੇ ਬੱਚੇ ਕੇ ਪਰਿਵਾਰ ਵਾਲੇ ਪ੍ਰੈਸ਼ਰ ਬਹੁਤ ਡਾਲਦੇ ਹੈ ਕਿ ਬਈ ਤੈਨੂੰ 720 ਲਾਣਾ ਹੈ, ਪਰ ਗੁਨਮੇ ਕੇ ਪਰਿਵਾਰ ਨੇ ਕਭੀ ਵੀ ਉਸਕੇ ਉੱਪਰ ਇਹ ਪ੍ਰੈਸ਼ਰ ਨਹੀਂ ਡਾਲਾ ਕਿ ਤੇਰੇ ਕੋ ਪੂਰੇ ਨੰਬਰ ਲਾਣੇ ਆ ਕਿਆ ਕਰਨਾ ਹੈ। ਉਹਨਾਂ ਨੇ ਹਮੇਸ਼ਾ ਇਹੀ ਗੱਲ ਕੀ ਕਿ ਬਈ ਤੂੰ ਆਪਣਾ ਬੈਸਟ ਦੇ, ਜੋ ਹੋਗੀ ਦੇਖੀ ਜਾਏਗੀ। ਬਿਲਕੁਲ, ਪਰ ਗੁਨਮੇ ਕੇ ਜੈਸੇ ਗੁਨਮੇ ਕੇ ਲਈ ਅੱਛੀ ਵਾ, ਜੈਸੇ ਆਪਨੇ ਇੱਕ ਬਹੁਤ ਅੱਛੀ ਗੱਲ ਪੁੱਛੀ ਕਿ ਔਰ ਬੱਚੇ ਗੁਨਮੇ ਕੋਈ ਐਸਾ ਨਹੀਂ ਥਾ ਕਿ ਆਈ ਕੁਐਸਟ ਕੇ ਹਰ ਟੈਸਟ ਮੇ ਗੁਨਮੇ ਕੀ ਰੈਂਕ 1 ਹੀ ਆਈ ਸੀ, ਤੋ ਗੁਨਮੇ ਕੋ ਯਹਾਂ ਬਹੁਤ ਹੀ ਸ਼ਾਨਦਾਰ ਕੰਪੀਟੀਸ਼ਨ ਮਿਲਾ। ਪਰ ਗੁਨਮੇ ਕੀ ਜੋ ਔਰ ਬੱਚੋਂ ਸੇ ਜੋ ਅੱਛੀ ਬਾਤ ਥੀ ਉਹ ਇਹ ਥੀ ਕਿ ਇਹ ਬਹੁਤ ਮਸਤੀ ਵੀ ਕਰਦਾ ਥਾ, ਪੜ੍ਹਾਈ ਵੀ ਕਰਦਾ ਥਾ, ਮਤਲਬ ਬਰਨ ਆਊਟ ਨਹੀਂ ਹੁਆ ਇਸਨੇ, ਜਬ ਪੜ੍ਹਾਈ ਕੇ ਟਾਈਮ ਮੇ ਪੜ੍ਹਾਈ ਕੀ, ਮਸਤੀ ਕੇ ਟਾਈਮ ਮੇ ਮਸਤੀ ਕੀ। ਕਾਮ ਇਸਕਾ ਇੱਕ ਮੂਲ ਮੰਤਰ ਹੈ ਇਸਕੀ ਸਕਸੈਸ ਕਾ, ਸਰ ਰੋਜ਼ ਕਾ ਕਾਮ ਰੋਜ਼ ਕਰਨਾ ਹੈ, ਅਗਲੇ ਦਿਨ ਕੁਛ ਨਹੀਂ ਡਾਲਣਾ, ਚਾਹੇ 8 ਘੰਟੇ ਕਾ ਕਾਮ ਹੈ ਤੋ 8 ਘੰਟੇ ਪੜੂੰਗਾ, 4 ਘੰਟੇ ਕਾ ਕਾਮ ਹੈ ਤੋ 4 ਘੰਟੇ ਪੜੂੰਗਾ, ਤੋ ਕੋਈ ਬੈਕਲੋਗ ਨਹੀਂ ਖੱਟਾ ਕੀਆ, ਜਹਾਂ ਵੀ ਇਸਕੋ ਕੋਈ ਦਿੱਕਤ ਹੋਈ ਫਸਾ
ਆਂਖ ਬੰਦ ਕਰਕੇ ਆਪਣੇ ਗੁਰੂ ਜੀ ਉਪੇ ਵਿਸ਼ਵਾਸ ਕੀਆ ਔਰ ਆਪਕੇ ਸਾਹਮਣੇ ਨਤੀਜਾ ਹੈ ਜੀ। ਉਮੀਦ ਹੈਗੀ ਸੀ ਕਿਉਂਕਿ ਟੀਚਰ ਨੂੰ ਪਤਾ ਹੁੰਦਾ ਨਾ ਵੀ ਆਹ ਬੱਚਾ ਜਿਹੜਾ ਇਹ ਮੇਰਾ ਸਭ ਤੋਂ ਵਧੀਆ ਹੈ, ਕਿਉਂਕਿ ਆਪਾਂ ਜਦੋਂ ਵੀ ਕਿਸੇ ਬੱਚੇ ਦੀ ਗੱਲ ਕਰਦੇ ਹਾਂ ਨਾ, ਉਹ ਕਲਾਸ ਦੇ ਵਿੱਚ 60-70 ਬੱਚਾ ਹੁੰਦਾ ਇੱਕ ਕਲਾਸ ਦੇ ਵਿੱਚ, ਬਿਲਕੁਲ ਤਾਂ ਹਮੇਸ਼ਾ ਕਹਿੰਦਾ ਵੀ ਆਹ ਮੋਨੀਟਰ ਬਣਾ ਦਿਓ ਬੱਚੇ ਨੂੰ ਵੀ ਇਹ ਬੱਚਾ ਚੰਗਾ ਕੰਮ ਕਰੂਗਾ ਵੀ ਅੱਗੇ ਜਾ ਕੇ ਸਕਸੈਸਫੁਲ ਹੋਊਗਾ। ਕਿ ਤੁਹਾਨੂੰ ਉਮੀਦ ਹੈਗੀ ਸੀ ਵੀ ਆਹ ਬੱਚਾ, ਜ਼ਬਰਦਸਤ ਉਮੀਦ ਸੀ ਸਰ, ਜ਼ਬਰਦਸਤ ਉਮੀਦ ਸੀ ਔਰ ਮੋਨੀਟਰ ਕੀ ਆਪ ਗੱਲ ਕਰ ਰਹੇ ਹੋ, ਇਹ ਹਮਾਰੀ ਕਲਾਸ ਕਾ ਮੋਨੀਟਰ ਹੀ ਥਾ, ਤੋ ਹਮਨੇ ਪਹਿਲੇ ਸੇ ਇਸਕੋ ਹਮ ਕਲਾਸ ਮੇ ਕਲਾਸ ਰਿਪ੍ਰੈਜੈਂਟੇਟਿਵ ਬਣਾਉਂਦੇ ਹਾਂ, ਤੋ ਗੁਣ ਮੇ ਹਮਾਰੀ ਕਲਾਸ ਕਾ ਕਲਾਸ ਰਿਪ੍ਰੈਜੈਂਟੇਟਿਵ ਥਾ, ਜ਼ਬਰਦਸਤ ਉਮੀਦ ਥੀ ਕਿ ਕੁਛ ਹੋਏਗਾ ਔਰ ਇਵਨ ਗੁਣ ਮੇ ਕੇ ਸਾਥ ਨਹੀਂ ਥਾ। ਦੇਖੀ ਇੱਕ ਬਾਤ ਔਰ ਮੈਂ ਬਤਾਤਾ ਹੂੰ ਕਿ ਨੀਟ ਕੇ ਪੇਪਰ ਵਾਲੇ ਦਿਨ ਕੀ ਵੀ ਗੱਲ ਹੁੰਦੀ ਹੈ, ਆਪਣੀ ਕਿਸਮਤ ਵੀ ਹੁੰਦੀ ਹੈ ਕਿ ਉਸ ਦਿਨ ਹਮਨੇ ਪੂਰੇ ਕੌਨਫੀਡੈਂਸ ਕੇ ਸਾਥ ਜੋ ਸਿੱਖਾ ਹੈ ਉਸਕੋ ਅਪਲਾਈ ਕਰ ਦਿਆ, ਬਿਲਕੁਲ। ਤੋ ਇਸ ਬੱਚੇ ਕੀ ਮਿਹਨਤ ਥੀ, ਸਿਤਾਰੇ ਥੇ, ਮਾਤਾ ਪਿਤਾ ਕਾ, ਇਸਕੇ ਦਾਦਾ ਦਾਦੀ ਕਾ, ਗੁਰੂ ਜੀਓ ਕਾ ਆਸ਼ੀਰਵਾਦ ਥਾ, ਤੋ ਫਿਰ ਉਹ ਸਾਰੀ ਚੀਜ਼ ਉਸਕੇ ਸਾਥ ਸਪੋਰਟ ਮੇ ਆ ਗਈ, ਤੋ 720 ਆਊਟ ਆਫ 720 ਆ ਗਏ, ਬਿਲਕੁਲ। ਲੇਕਿਨ ਬਹੁਤ ਉਮੀਦ ਥੀ, ਜ਼ਬਰਦਸਤ ਉਮੀਦ ਥੀ ਇਸਕੇ ਸਾਥ। ਕਿੰਨੇ ਕੁ ਬੱਚੇ ਜਿਹੜੇ ਹੋਰ ਨੇ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਜਿਹੜੇ ਨੀਟ ਦਾ ਟੈਸਟ ਜਿਹੜਾ ਕਲੀਅਰ ਕਰਕੇ ਤੁਹਾਡੇ ਤੋਂ ਪੜ੍ਹ ਕੇ ਜਿਹੜੇ ਨੇ ਉਹ ਉਰੋਂ ਲੰਘੇ ਨੇ, ਇਹ ਮੈਨੂੰ ਲੱਗਦਾ ਜਿਹੜੇ ਇਹ ਮਤਲਬ ਖਾਸ ਤੌਰ 'ਤੇ ਇਹ ਚਰਚਾ ਦਾ ਵਿਸ਼ਾ ਬਣਿਆ ਵੀ ਜਿਹੜਾ 720 ਦੇ ਵਿੱਚੋਂ 720 ਅੰਕ ਲਏ ਨੇ, ਅਤੇ ਹੋਰ ਕਿੰਨੇ ਕੁ ਬੱਚੇ ਨੇ ਪੰਜਾਬ, ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਜੀ। ਇਸ ਸਾਲ ਅਗਰ ਹਮ ਗੱਲ ਕਰੇ ਤੋ ਇਸ ਸਾਲ ਆਪਣੇ 700 ਨੰਬਰ ਸੇ ਉੱਪਰ 8 ਬੱਚੇ, 650 ਨੰਬਰ ਸੇ ਉੱਪਰ ਆਪਣੇ 37 ਬੱਚੇ, ਔਰ 600 ਨੰਬਰ ਸੇ ਉੱਪਰ ਆਪਣੇ ਕਮ ਸੇ ਕਮ 62 ਬੱਚੇ, 62 ਜੀ। ਇਹ ਮਤਲਬ ਮੈਂ ਕਹਿ ਸਕਦਾ ਹਾਂ ਕਿ ਕਿਸੇ ਵੀ, ਮੈਂ ਪੰਜਾਬ ਪਟਿਆਲੇ ਦੀ ਗੱਲ ਨਹੀਂ ਕਰ ਰਹਾ, ਮੈਂ ਪੂਰੇ ਇੰਡੀਆ ਦੀ ਗੱਲ ਕਰ ਰਹਾ ਹਾਂ ਕਿ ਇਤਨਾ ਅੱਛਾ ਰੇਸ਼ੋ, ਕਿਉਂਕਿ ਹਮਾਰੇ ਕੋਲ ਬੱਚਾ ਕੋਈ ਬਹੁਤ ਜ਼ਿਆਦਾ ਨਹੀਂ ਆਉਂਦਾ, ਮਤਲਬ ਵੀ ਹੈ ਅਰਾਊਂਡ 200-190 ਸਟੂਡੈਂਟਸ ਟੋਟਲ, ਉਸਮੇ ਅਗਰ ਇੰਨੇ ਬੱਚੇ ਅਗਰ ਸਲੈਕਟ ਹੁੰਦੇ ਹਨ ਤਾਂ ਇਹ ਸਕਸੈਸ ਰੇਸ਼ੋ ਹਾਈਐਸਟ ਹੈ, ਆਈ ਵੁੱਡ ਸੇ ਵਨ ਆਫ ਦਾ ਹਾਈਐਸਟ ਸਕਸੈਸ ਰੇਸ਼ੋ ਮੇ ਆਤਾ ਹੈ ਕਿ ਬਈ, ਕਿਉਂਕਿ ਆਪ ਨੀਟ ਮੇ ਦੇਖੋ 24 ਲੱਖ ਬੱਚੇ ਬੈਠਦੇ ਹੈ, 24 ਲੱਖ ਬੱਚੇ ਮੇ ਮੋਟਾ ਮੋਟੀ 48,000 to 50,000 ਸੀਟਾਂ ਹੈ, ਤੋ 2% ਸਕਸੈਸ ਰੇਸ਼ੋ ਹੈ, ਆਪਣਾ ਸਕਸੈਸ ਰੇਸ਼ੋ 35%, 33%, 40% ਰਹਿੰਦਾ ਹੈ, ਉਹ ਇਹੀ ਹੈ ਕਿ ਬੱਚੇ ਅੱਛੇ ਬੱਚੇ ਆਪਣੇ ਪਾਸ ਆਉਂਦੇ ਹੈ ਔਰ ਉਹ ਜ਼ਬਰਦਸਤ ਉਨਕੇ ਸਾਥ ਮਿਹਨਤ ਕੀ ਜਾਤੀ ਹੈ ਔਰ ਵਨ ਔਨ ਵਨ ਮਿਹਨਤ ਹੋਤੀ ਹੈ। ਪੰਜਾਬ ਦੀ ਗੱਲ ਕੀਤੀ ਜਾਵੇ, ਤੁਸੀਂ ਵੀ ਇੱਕ ਐਜ਼ ਅ ਟੀਚਰ ਹੋ, ਕਿ ਤੁਹਾਨੂੰ ਲੱਗਦਾ ਵੀ ਕਿਹੜੇ ਰੇਸ਼ੋ ਦੇ ਬੱਚੇ ਜਿਹੜਾ ਜ਼ਿਆਦਾ ਇਸ ਲਾਈਨ ਦੇ ਵਿੱਚ ਆਉਂਦੇ ਨੇ, ਕਿਉਂਕਿ ਮੈਨੂੰ ਵੀ ਲੱਗਦਾ ਵੀ ਜ਼ਿਆਦਾਤਰ ਮੈਂ ਵੀ ਰੋਜ਼ ਜਿਹੜਾ ਖਬਰਾਂ ਪੜ੍ਹਦਾ ਜਾਂ ਨਿਊਜ਼ ਵੀ ਸੁਣੀਦੇ ਆ, ਜ਼ਿਆਦਾਤਰ ਉਹ ਪਰਿਵਾਰ ਦੇ ਬੱਚੇ ਹੁੰਦੇ ਨੇ ਜਿਨ੍ਹਾਂ ਦਾ ਚੰਗਾ ਜਿਹੜਾ ਪਿੱਛੋਂ ਬੈਕਗਰਾਉਂਡ ਹੈ, ਚੰਗਾ ਪਿੱਛੇ ਆਧਾਰ ਹੈ, ਚੰਗਾ ਕਾਰੋਬਾਰ ਹੈ। ਕਿ ਤੁਹਾਡੇ ਇੰਸਟੀਚਿਊਟ ਦੀ ਗੱਲ ਕੀਤੀ ਜਾਵੇ ਜਾਂ ਤੁਸੀਂ ਵੀ ਟੀਚਰ ਹੋ, ਕੋਈ ਇੱਦਾਂ ਦਾ ਕੋਈ ਬੱਚਾ ਹੈਗਾ ਵੀ ਜਿਹੜਾ ਵੀ ਨੋਰਮਲ ਮਿਡਲ ਫੈਮਿਲੀ ਦਾ ਬੱਚਾ ਜਿਹੜਾ ਹੈ ਇਸ ਨੀਟ ਦਾ ਟੈਸਟ ਕਲੀਅਰ ਕਰਕੇ ਵਾਕਈ ਕੋਈ ਚੰਗਾ ਜਿਹੜਾ ਡਾਕਟਰ ਬਣਿਆ ਹੋਵੇ? ਬਹੁਤ ਹੀ ਸੁੰਦਰ ਸਵਾਲ ਆਪਨੇ ਪੁੱਛਿਆ ਹੈ ਜੀ, ਔਰ ਇੱਕ ਮੈਂ ਇਹ ਗੱਲ ਹਰ ਕਿਸੇ ਕੇ ਸਾਹਮਣੇ ਕਹਿੰਦਾ ਹੂੰ, ਗੁਣ ਮੈਂ ਕਿ ਆਲ ਇੰਡੀਆ ਰੈਂਕ 1 ਆਈ ਹੈ, ਉਸਕੀ ਜਿੰਨੀ ਮੁਝੇ ਖੁਸ਼ੀ ਹੈ, ਉਸਸੇ ਵੀ ਜ਼ਿਆਦਾ ਖੁਸ਼ੀ ਇੱਕ ਐਸੇ ਬੱਚੇ ਕੀ ਹੈ ਜੋ ਖੁਦ ਕੈਂਸਰ ਪੀੜਿਤ ਥੀ, ਲੜਕੀ ਕੈਂਸਰ ਪੀੜਿਤ ਥੀ, ਸਮਾਨੇ ਦੀ ਲੜਕੀ ਹੈ, ਉਹ ਮੇਰੇ ਕੋਲ ਆਈ ਔਰ ਉਸਕੀ ਫੈਮਿਲੀ ਮੇ ਉਸਕੇ ਪਾਪਾ ਹਰਟ ਪੇਸ਼ੈਂਟ ਹੈ, ਮੰਮੀ ਕਿਸੀ ਇਹ ਘਰ ਮੇ ਕਾਮ ਕਰਦੀ ਹੈ। ਉਹ ਲੜਕੀ ਆਈ ਜੀ, ਮੇਰੇ ਪਾਸ ਪੈਸੇ ਨਹੀਂ ਹੈ ਸਰ, ਮੇਰੇ ਕੋ ਪੜ੍ਹਾਨਾ ਹੈ। ਹਮਨੇ ਆਪਣੀ ਟੀਮ ਕੋ ਵੀ ਬੋਲ ਰੱਖਾ ਹੈ ਕਿ ਭਾਈ ਅਗਰ ਕੋਈ ਵੀ ਬੱਚਾ ਐਸੇ ਜ਼ਰੂਰਤਮੰਦ ਹੋ, ਉਸਕੀ ਹੈਲਪ ਜ਼ਰੂਰ ਕਰਨੀ ਹੈ, ਮੇਰੇ ਸੇ ਮੀਟਿੰਗ ਕਰਵਾਨੀ ਹੈ, ਕਿਉਂਕਿ ਕਈ ਵਾਰ ਫਰੋਡ ਵੀ ਹੋ ਸਕਦੇ, ਤਾਂ ਮੈਂ ਖੁਦ ਵੈਰੀਫਾਈ ਕਰਦਾ ਹੂੰ। ਉਸ ਲੜਕੀ ਕੋ ਹਮਨੇ ਫਾਈਨੈਂਸ਼ਲੀ ਸਪੋਰਟ ਦੀਆ, ਫਿਰ ਕਿਉਂਕਿ ਉਸਕੋ ਟ੍ਰਾਂਸਪੋਰਟ ਸਪੋਰਟ ਦੀਆ, ਉਹ ਲੜਕੀ ਇਸ ਸਾਲ ਡਾਕਟਰ ਬਣ ਰਹੀ ਹੈ, ਇਤਨੀ ਖੁਸ਼ੀ ਹੋ ਰਹੀ ਹੈ ਕਿ ਉਸਨੇ ਖੁਦ ਕਾ ਜੀਵਨ ਨਹੀਂ ਬਦਲਾ, ਆਪਣੇ ਪਰਿਵਾਰ ਕਾ ਜੀਵਨ ਬਦਲ ਦਿਆ। ਤਮੰਨਾ ਨਾਮ ਹੈ ਜੀ ਉਸ ਲੜਕੀ ਕਾ, ਔਰ ਐਸੇ ਔਰ ਵੀ ਬਹੁਤ ਬੱਚੇ ਹੈ, ਐਸੇ ਕਮ ਸੇ ਕਮ ਚਾਹੇ ਮੈਡੀਕਲ ਹੋ ਚਾਹੇ ਨੋਨ ਮੈਡੀਕਲ ਹੋ, 20 ਕੇ ਕਰੀਬ ਬੱਚੇ ਆਪਣੇ ਪਾਸ ਪੜ੍ਹਦੇ ਹੈ ਜੋ ਥੋੜੇ ਮੋਡਰੇਟ ਫੈਮਿਲੀ ਸੇ ਜਾਂ ਗਰੀਬ ਫੈਮਿਲੀ ਸੇ ਆਤੇ ਹੈ, ਕਿਉਂਕਿ ਇੱਕ ਗੁਰੂ ਕੇ ਲਈ ਇੱਕ ਟੀਚਰ ਕੇ ਲਈ ਸਿੱਖਿਆ ਦਾਨ ਸੇ ਬੜਾ ਕੋਈ ਦਾਨ ਨਹੀਂ, ਬਿਲਕੁਲ। ਔਰ
हमारा जो पर्पज है वो ये नहीं है कि बच्चा सुधरेगा, बच्चा नहीं सुधरता, एक बच्चा अपने पूरे परिवार और जनरेशन को सुधार देता है। लास्ट जाते जाते खास तौर पर उन्होंने बच्चों की कहना चाहते हैं, क्योंकि ना बच्चों ने पता नहीं होंगे भी प्लस टू तो बाद की करना है। वो कहते मेरी एक बार फ्रेंड तो पूछदा, जो वो कहते आई टी आई करता तो मैं आई टी आई कर लैंना, जो कोई कोर्स करता कोर्स कर लैंना, जो कहते मैं बाहर रहना तो जहाज चढ़ जाना। की कहना चाहते हो भी की प्रोसैस की है, किमें सोचना चाहिए वो बारे दसो थोड़ा जहा। मेरे ख्याल से ना ये इस क्वेश्चन का आंसर है ना बच्चे के पास खुद होता है। बच्चे को कभी भी, एक तो पेरेंट्स को भी कभी भी कंपैरिजन नहीं करना चाहिए। अपनी पांचों उंगलियां ही सेम नहीं है तो सारे बच्चे कैसे सेम हो जाते हैं? तो कई बार पेरेंट्स ही कहते हैं जी उसका मुंडा ये कर रहा है, उसकी कुड़ी ये कर रही है, तो ये कर ले। ये बिल्कुल गलत अप्रोच है। पहले अपन को अपनी खुद की स्किल देखनी चाहिए। जैसे कोई बच्चा अगर मैथमेटिकली अच्छा है ना, उसको लग रहा है कि मैं न्यूमेरिकल अच्छे सॉल्व कर सकता हूँ, वो मैथ साइड आ जाए। कोई बच्चा ऐसा है मैं मेहनत कर सकता हूँ, याद कर सकता हूँ, न्यूमेरिकल भी कर सकता हूँ, वो बायो साइड आ जाए। कोई बच्चा ऐसा है कि यार मैं अच्छा लिख सकता हूँ, है ना, मैं अच्छा सोच सकता हूँ, मैं क्रिएटिव हूँ, उसे क्रिएटिव लाइन में जाना चाहिए। हमारे यहाँ इतने आप विश्वास नहीं करेंगे, एज ए इंस्टीट्यूट हमें भी लगना चाहिए कि यार हर बच्चा हमारे को लाए एडमिशन बढ़े। मैंने खुद ने, हमारे सिस्टम ने कुछ बच्चों के एडमिशन इसलिए रिजेक्ट किए हैं क्योंकि उस बच्चे का खुद का मन इस लाइन विच नहीं था। और वो बच्चे आज एक लड़की लंदन स्कूल ऑफ इकोनॉमिक्स में 1 करोड़ की स्कॉलरशिप लेके बैठी है क्योंकि उसको ना इंजीनियरिंग करनी थी ना उसे मेडिकल करनी थी। तो मेरा मानना है कि माता पिता को भी बच्चे के खुद के क्या इंटरेस्ट है, और बच्चों को भी, और बच्चों को ये नहीं देखना चाहिए कि उसने कर लिया तो मैं भी कर लूंगा, उसके पीछे की मेहनत भी देखनी चाहिए। बिल्कुल। तो वो सारा मिलजुल के रल मिलके, और अगर कोई डाउट आए तो अच्छे काउंसलर्स या हमारे जैसे जो एकेडमिशियंस हैं उनकी हेल्प लेके अगर जरूरत पड़े तो लेनी चाहिए। ठीक है, धन्यवाद जी, बहुत बहुत धन्यवाद जी। सो बिल्कुल ये सन टीचर जिन्होंने खास तौर पर उस बच्चे की जी मेहनत है वो किस तरह जो रंग लिया है, तो सारी जी जानकारी वह चढ़ती कला टाइम टीवी के माध्यम के राही आओ गल करिए दे रखी है। सो किस तरह लगे साडा प्रोग्राम, तुम जरा सू खास तौर पर चढ़ती कला टाइम टीवी के वैबसाइट के उपर सोशल मीडिया के उपर जरा कमेंट करके, कमेंट पोस्ट के जरा जाके अपने बच्चे का की भविख बना चाहते हो वह भी जो मैसेज आ कर सकते हो। मैनू तो मेरे सहयोगी ने इजाजत, धन्यवाद।